ਭਾਜੀ ਆਪਣਾ ਸ਼ੁਭ ਨਾਮ ਕੀ ਹੈ ਅਸ਼ਵਨੀ ਟੋਰ ਆ ਜੀ। ਭਾਜੀ ਘਰ ਤੁਹਾਡਾ? ਹਾਂਜੀ ਸਰ। ਅੱਜ ਤੱਕ ਕੀ ਮਾਮਲਾ ਹੋਇਆ ਸੀ ਜੀ? ਮਾਮਲਾ ਜੀ, ਕੱਲ੍ਹ ਸਾਡੇ ਘਰ ਫੰਕਸ਼ਨ ਹੋਇਆ ਛੋਟੀ, ਕਿੱਟੀ ਪਾਲਟੀ ਹੋਈ ਸੀਗੀ, ਤੇ ਸੱਜੇ ਪਾਸੇ ਸਾਡੇ ਘਰ ਆ, ਤੇ ਸਾਡਾ ਫੰਕਸ਼ਨ 'ਚ ਤਿੰਨ ਚਾਰ ਇੱਟਾਂ ਮਾਰੀਆਂ, ਫਿਰ ਆਪਾਂ ਰਾਤੀ ਵੀ ਇਹਨਾਂ ਨੂੰ ਬੋਲੇ ਚਾਲੇ, ਤੇ ਸਵੇਰ ਵੀ ਇਹਨੂੰ ਪੁੱਛਿਆ ਵੀ ਤੂੰ ਕਿਉਂ ਇੱਟਾਂ ਮਾਰੀਆਂ, ਉਹ ਬੰਦਾ ਕਹਿੰਦਾ ਜੀ ਮਿਲਿਆ ਨਹੀਂ ਬੰਦਾ। ਫਿਰ ਸ਼ਾਮ ਨੂੰ, ਅੱਜ ਸ਼ਾਮ ਨੂੰ ਆਪਾਂ ਸੁੱਤੇ ਪਏ, 9:30 ਨਾਲ ਘੱਟੋ ਘੱਟ 40-50 ਮੁੰਡੇ ਆਏ, ਇੱਕ ਮਨੀਸ਼, ਇੱਕ ਵਿਛਾ, ਔਰ ਅਨਲੀਗਲ ਬੰਦੇ ਨਾਲ ਹੋਰ, ਉਹਨਾਂ ਨੇ ਇੱਟਾਂ ਮਾਰੀਆਂ ਸਾਡੇ ਘਰ ਦੀ, ਵਾਈ ਫਾਈ ਕੱਢੀ ਉਹਨਾਂ ਨੇ। ਕਿੰਨੇ ਹਵਾਈ ਫਾਇਰ ਕੱਢੇ ਜੀ? ਤਿੰਨ ਮੇਰੇ ਖਿਆਲ ਤਿੰਨ ਕੁ ਕੱਢੇ ਜੀ। ਕਿਆ ਉਹਨਾਂ ਵਿੱਚ ਕੁਛ ਕਿਸੇ ਨੂੰ ਕੋਈ ਨੁਕਸਾਨ ਤੇ ਨਹੀਂ ਹੋਇਆ? ਨਹੀਂ ਜੀ, ਬਚਾਅ ਆਪਾਂ ਗੇਟ ਖੋਲੇ ਨਹੀਂ ਜੀ। ਇਹ ਕਿੰਨੇ ਵਜੇ ਦੀ ਵਾਰਦਾਤ? ਇਹ 9:30 ਜੀ। ਤੁਸੀਂ ਕੀ ਕੀ ਮੰਗ ਕਰਦੇ ਕਿ ਪੁਲਿਸ ਪ੍ਰਸ਼ਾਸਨ ਨੂੰ ਤੁਸੀਂ ਕੋਈ ਇੰਟੀਮੇਸ਼ਨ ਦਿੱਤਾ ਸੀ? ਦੇਖੋ ਜੀ, ਮੈਂ ਖੁਦ ਇੰਪਲਾਈਜ਼ ਹਾਂ ਵੱਡੇ, ਮੈਂ ਇੰਡੀਅਨ ਆਰਮੀ 'ਚ, ਮੈਂ ਫਾਇਰ ਬ੍ਰਿਗੇਡ 'ਚ ਹਾਂ, ਵੱਡੇ ਭਾਈ ਸਾਹਿਬ ਪੰਜਾਬ ਪੁਲਿਸ 'ਚ, ਜੇ ਸੁਰੱਖਿਆ ਦਾ ਹੀ ਕਰੀਮ ਲੋਕ ਹਮਲਾ ਕਰਨਗੇ, ਆਪਾਂ ਲੋਕਾਂ ਦੀ ਸੁਰੱਖਿਆ ਕਰਨੀ, ਸਾਡੀ ਕੋਈ ਸੁਰੱਖਿਆ ਕਰੇਗਾ ਹੀ ਨਹੀਂ। ਜਿਨ੍ਹਾਂ ਦੋ ਬੰਦਿਆਂ ਦਾ ਤੁਸੀਂ ਨਾਮ ਲੈ ਰਹੇ ਹੋ, ਹਾਂਜੀ, ਉਹਨਾਂ ਤੋਂ ਇਲਾਵਾ ਵੀ ਤੁਸੀਂ ਕਿਸੇ ਨੂੰ ਪਹਿਚਾਣਦੇ ਹੋ? ਨਹੀਂ ਜੀ, ਇਹ ਦੋ ਬੰਦੇ। ਤੁਹਾਨੂੰ ਪੁਲਿਸ ਨੇ ਕੀ ਇਨਫੋਰਮੇਸ਼ਨ ਦਿੱਤਾ ਜਾਂ ਪੁੱਤ ਨੂੰ ਤੁਸੀਂ ਰਿਪੋਰਟ ਕੀਤੀ ਕੀ ਕਿਹਾ ਗਿਆ? ਆਪਾਂ ਜੀ ਰਿਪੋਰਟ ਕੋਈ ਨਹੀਂ ਕੀਤੀ, ਹਾਂ 9:30 ਤੋਂ ਬਾਅਦ ਮੈਂ ਸੱਚ ਵਿਸ਼ਵਾਸ ਨੂੰ ਫੋਨ ਮਾਰਿਆ, ਤੇ ਫਿਰ ਵੀ ਜੇ ਭਾਜੀ ਆਏ, ਉਹਨਾਂ ਨੇ ਆਣ ਕੇ ਕਾਫੀ ਕੰਟਰੋਲ ਕੀਤਾ, ਉਹ ਇਹਨਾਂ ਤੋਂ ਆਉਣ ਤੋਂ ਪਹਿਲਾਂ ਉਹ ਕਾਰਵਾਈ ਕਰਕੇ ਗੁੰਡੇ ਚਲ ਗਏ ਸੀ। ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਜੀ? ਪ੍ਰਸ਼ਾਸਨ ਤੋਂ ਆਪਾਂ ਕੰਮ ਕਰਦੇ ਹਾਂ, ਜਿਨ੍ਹਾਂ ਨੇ ਸਾਡੇ ਘਰ ਹਮਲਾ ਕੀਤਾ, ਇਹਨਾਂ ਤੋਂ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਹੈ, ਇਹਨਾਂ ਦੇ ਅੱਗੇ ਵੀ ਭਰਤੀ ਚੱਲਦੇ ਪਏ ਆ ਜੀ। ਇਹ ਕਿਹੜਾ ਏਰੀਆ ਪੈਂਦਾ ਜੀ? ਭਾਰੂ ਕੈਂਪ ਜੀ। ਹਾਂਜੀ ਵਿਜੇ ਕੁਮਾਰ ਜੀ, ਇਹ ਕੀ ਮਾਮਲਾ ਜੀ? ਅੱਜ ਮਾਮਲਾ ਸਲਾਹ ਮਿਲੀ ਸੀ ਕਿ ਰਾਜਕੁਮਾਰ ਡੋਗਰਾ ਜੀ ਦੇ ਘਰ ਦੇ ਉੱਤੇ ਕਿਸੇ ਨੇ ਅਣਪਛਾਤੇ ਵਿਅਕਤੀਆਂ ਵੱਲੋਂ ਇੱਟਾਂ ਮਾਰੀਆਂ ਗਈਆਂ, ਜਿਸ ਵਿੱਚ ਰਾਜਕੁਮਾਰ ਡੋਗਰਾ ਜੀ ਜ਼ਖਮੀ ਹੋਏ। ਰਾਜਕੁਮਾਰ ਡੋਗਰਾ ਜੀ ਨੂੰ ਉਸਦੇ ਪਰਿਵਾਰਕ ਮੈਂਬਰ ਸਿਵਲ ਹਸਪਤਾਲ ਜਲੰਧਰ ਲੈ ਗਏ, ਉਹਦੇ ਸਿਰ 'ਤੇ ਸੱਟ ਪਾਈ ਲੱਗੀ ਹੈ ਥੋੜ੍ਹੀ, ਉਹਦੀ ਇਲਾਜ ਵਾਸਤੇ। ਜੋ ਵੀ ਰਾਜਕੁਮਾਰ ਡੋਗਰਾ ਜੀ ਬਿਆਨ ਦੇਣਗੇ, ਉਸ ਮੁਤਲਕ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਵਿਜੇ ਕੁਮਾਰ ਜੀ, ਕਿੰਨੇ ਦਿਨ ਪਰ ਥਾਣੇ ਦਾ ਹੈਗਾ? ਥਾਣਾ ਭਾਰਗੋ ਕੈਂਪ ਜਲੰਧਰ ਤੋਂ ਆਏ ਹਾਂ। ਹੁਣ ਤੇ ਅੱਜ ਇੱਥੇ ਗੋਲੀ ਚੱਲਣ ਦੀ ਆਪਾਂ ਆਸ ਪਾਸ ਤੋਂ ਪਤਾ ਕੀਤਾ, ਕੋਈ ਆਵਾਜ਼ ਨੀ ਆਈ ਗੋਲੀ ਚੱਲਣ ਦੀ, ਇੱਟਾਂ ਰੋੜੇ ਜ਼ਰੂਰ ਚੱਲੇ ਆ। ਸਾਡੀ ਅਗਲੀ ਕਾਰਵਾਈ ਕੀ ਹੋਏਗੀ ਜੀ? ਅਗਲੀ ਕਾਰਵਾਈ ਜੋ ਵੀ ਬਿਆਨ ਦੇਣਗੇ ਉਹਨੂੰ ਤਸਦੀਕ ਕਰਨ ਤੋਂ ਬਾਅਦ ਜੋ ਬਣਦੀ ਕਾਨੂੰਨੀ ਕਾਰਵਾਈ ਹੋਊਗੀ ਕੀਤੀ ਜਾਵੇਗੀ। ਇਹਨਾਂ ਤੋਂ ਇਲਾਵਾ ਵੀ ਤੁਹਾਨੂੰ ਕਿਸੇ ਨੇ ਕੁਛ ਹੋਰ ਵੀ ਕਿਹਾ ਜੀ? ਉਹਨਾਂ ਵੱਲੋਂ ਕੋਈ ਨੀ ਆਇਆ।